ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸਭ ਸੁਭਾਖੇ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਣ ਜਾਈ ਦਿਨ ਸਰੈਨ ਸਾਸ ਸਾਸ ਸੰਭਾਲੀ ਪੂਰਨ ਸਰਨੀ ਪਾਈ ਰਵਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਤੇਰੀ ਭਗਤ ਬਣਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਲਾ ਤੇਰੀ ਭਗਤ ਆਈ ਪਾਈ ਨਾਨਕ ਪ੍ਰਭ ਸਰਣਾਈ ਇੱਥੇ ਉੱਤੇ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਪਰਲੋਕ ਸਹਾਇਕ ਸਤਿਗੁਰੂ ਨਿਰਗੁਣ ਤਥਾ ਸਰਗੁਣ ਸਰੂਪ ਅਖਰਮ ਕਰਕੇ ਸਰਗੁਣ ਅੰਦਰ ਸਮਾਏ ਹੋਏ ਗਿਆਨ ਕਰਕੇ ਨਿਰਗੁਣ
ਦੋਵਾਂ ਹੀ ਸਰੂਪਾਂ ਦਾ ਪ੍ਰਤੱਖ ਰੂਪ ਨਿਰਗੁਣਾ ਸਰਗੁਣ ਪ੍ਰਯੋਗੀ ਕਲਾ ਤਾਰ ਜਿਨ ਸਗਲੀ ਮੁਖੀ ਉਸ ਮਾਲਕ ਦੇ ਪਾਵਨ ਪਵਿੱਤਰ ਚਰਨਾਂ ਨਾਲ ਮਨ ਕਰਕੇ ਤਨ ਕਰਕੇ ਸੁਰਤੀ ਕਰਕੇ ਤਥਾ ਬਿਰਤੀ ਕਰਕੇ ਇਸ ਤਰ੍ਹਾਂ ਸਮਝ ਲੈਣਾ ਜਿਵੇਂ ਸ਼ਨੀ ਸਾਹਿਬ ਦਾ ਤਰ ਪਿਤਾ ਜੀ ਦਾ ਪਾਵਨ ਵਚਨ ਹੈ ਮੇਰੇ ਵਰਗੇ ਦੇ ਬਾਹਰੀ ਆਉਣ ਨੂੰ ਬਾਹਰੀ ਬੈਠਣ ਨੂੰ ਬਾਹਰੀ ਦੇਖਣ ਨੂੰ ਗੁਰੂ ਪਿਤਾ ਜੀ ਸੁਚੇਤ ਕਰਾਉਣ ਵਾਸਤੇ ਆਖਦੇ ਨੇ ਗੁਰ ਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਹੋਰ ਵਜ਼ਾਹਤ ਹੋ ਜਾਏਗੀ ਸ਼ਾਮ ਦਾ ਟਾਈਮ ਆਨੰਦਾਂ ਦੀ ਪੂਰੀ ਵਨਗੀ ਪਾਤਸ਼ਾਹ ਜੀ ਦੀ ਹਜ਼ੂਰੀ ਸੁੱਤੇ ਸਿੱਧ ਸਮਾਧੀ ਮੇਰੇ ਦਾਤਾ ਜੀ ਨੇ ਬਚਨ ਕੀਤੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਸਿੱਖ ਬੜੇ ਸੁਚੇਤ ਸਨ ਇਸ ਪੱਖੋਂ ਇੱਕ ਬੇਨਤੀ ਜਾਂਦਾ ਜਾਂਦਾ ਹੋਰ ਕਈ ਵਾਰੀ ਕਰ ਜਾਇਆ ਕਰਦਾ ਹਾਂ ਸਾਨੂੰ ਇਹ ਸਿਸਟਮ ਸ਼ੁਰੂ ਕਰਨਾ ਚਾਹੀਦਾ ਹੈ ਭਾਵੇਂ ਕਿ ਅਸੀਂ ਇੱਕਵੀਂ ਸਦੀ ਦੇ 2015 ਵਿੱਚ ਦਾਖਲ ਹੋ ਰਹੇ ਹਾਂ ਜਿਹੜਾ ਵੀ ਸ਼ੰਕਾ ਸਿੱਖ ਦੇ ਮਨ ਵਿੱਚ ਆਉਂਦਾ ਸੀ ਸਿੱਖ ਆਪਣੇ ਗੁਰੂ ਅੱਗੇ ਉਸੇ ਵੇਲੇ ਜ਼ਾਹਰ ਕਰ ਦਿੰਦਾ ਸੀ ਨੰਬਰ 2 ਉਹਦੇ ਜ਼ਾਹਰ ਕਰਨ ਵਿੱਚ ਸਭਿਅਤਾ ਹੁੰਦੀ ਸੀ ਅਸਭਿਅਤਾ ਨਹੀਂ ਸਾਡਾ ਜ਼ਾਹਰ ਕਰਨਾ ਵੀ ਅੱਜ ਕਈ ਵਾਰੀ ਅਸਭਿਅਕ ਹੋ ਗਿਆ ਇਸ ਗੱਲ ਨੂੰ ਕਈ ਵਾਰੀ ਬਾਗੀ ਜਿਹਾ ਹੋ ਕੇ ਬੇਨਤੀ ਕਰਿਆ ਕਰਦਾ ਹੈ ਸਿੱਖੀ ਵਿੱਚ ਸਭ ਤੋਂ ਪਹਿਲਾਂ ਸਭਿਅਤਾ ਸਿਖਾਈ ਜਾਂਦੀ ਹੈ ਕਿ ਆਪ ਤੋਂ ਵੱਡੇ ਦਾ ਅਦਬ ਕਿਵੇਂ ਕਰਨਾ ਆਪਣੀ ਲੋੜ ਤੋੜ ਦਾ ਇਜ਼ਹਾਰ ਕਿਵੇਂ ਕਰਨਾ ਜੇ ਕਿਸੇ ਮਨੁੱਖ ਕੋਲੋਂ ਕਿਸੇ ਤਰ੍ਹਾਂ ਗਲਤੀ ਹੋ ਗਈ ਹੈ ਤੇ ਉਸ ਗਲਤੀ ਦਾ ਅਹਿਸਾਸ ਕਰਾਉਣ ਵਾਸਤੇ ਇਹ ਗੱਲ ਦਾ ਖਿਆਲ ਰੱਖਣਾ ਕਿ ਗੁਰੂ ਦੀ ਸੰਗਤ ਦਾ ਧਿਆਨ ਨਾ ਟੁੱਟੇ ਜਾਂ ਖਲਬਲੀ ਨਾ ਮੱਚੇ ਤਾਂ ਕਿ ਉਸ ਖਲਬਲੀ ਤੋਂ ਡਰਦਿਆਂ ਕੋਈ ਕਰਨ ਨੂੰ ਗੁਰੂ ਕੋਲੋਂ ਦੂਰ ਰਹਿਣ ਦੀ ਕੋਸ਼ਿਸ਼ ਨਾ ਕਰੇ ਸਿੱਖ ਸਭਿਅਕ ਸਨ ਮਹਾਰਾਜ ਜੀ ਕੀ ਖੇਡ ਬਣਾਈ ਜੇ ਇੱਕ ਰਮਜ ਕਰ ਦਿੱਤੀ ਜੇ ਵੀ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਗੁਰੂ ਪਾਤਸ਼ਾਹ ਜੀ ਆਖਣ ਲੱਗੇ ਕੱਲ੍ਹ ਇਹਦਾ ਉੱਤਰ ਦਿਆਂਗੇ ਅਗਲਾ ਦਿਨ ਆਇਆ ਹੁਣ ਜਿਨ੍ਹਾਂ ਦੇ ਮਨ ਵਿੱਚ ਤੋਖਲਾ ਸੀ ਉਹਨਾਂ ਫਟਾਫਟ ਸਵਾਲ ਕੀਤਾ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖਾਂ ਨੂੰ ਹੁਕਮਨ ਇੱਕ ਤਮਾਸ਼ਾ ਵੇਖਣ ਵਾਸਤੇ ਭੇਜਿਆ ਸੀ ਕਿਉਂਕਿ ਰਿਛ ਦੇ ਨਾਚ ਕਰਨ ਵਾਲਾ ਨਚਾਉਣ ਵਾਲਾ ਆਇਆ ਸੀ ਉਹਨੇ ਬੇਨਤੀ ਕੀਤੀ ਮਹਾਰਾਜ ਕੱਲ੍ਹ ਮੈਂ ਤੁਹਾਡੀ ਆਨੰਦੀ ਪੁਰੀ ਵਿੱਚੋਂ ਹੋਰ ਕਿਸੇ ਪਾਸੇ ਚਲੇ ਜਾਣਾ
ਸੰਗਤ ਸਾਡੀ ਚਾਰੀ ਤੁਹਾਡੇ ਚਰਨਾਂ ਦੀ ਪੌੜੇ ਨੇ ਕਿ ਤੁਹਾਡੇ ਕੋਲ ਬੈਠੇ ਨੇ, ਮੇਰੀ ਗਰੀਬ ਦੀ ਰੋਜੀ ਰੋਟੀ ਕਿਵੇਂ ਚੱਲੇਗੀ। ਆਪ ਜੀ ਹੁਕਮ ਕਰੋ, ਇੱਥੇ ਹੁਣ ਜੇ ਖੋਲਾਂਗਾ ਤੇ ਕਈ ਕੁਝ ਖਲਾਰਾ ਪੈ ਜਾਏਗਾ। ਅੱਜ ਤਮਾਸ਼ਾ ਆ ਜਾਏ ਤੇ ਸਾਨੂੰ ਗੁਰੂ ਵੀ ਭੁੱਲ ਜਾਂਦਾ ਹੈ, ਖੇਡ ਆ ਜਾਏ ਤੇ ਸਾਨੂੰ ਧਰਮ ਵੀ ਭੁੱਲ ਜਾਂਦਾ ਹੈ। ਪੁੱਤ ਦਾ ਜਨਮ ਹੋਏ ਤੇ ਬੈਂਡ ਵੱਜ ਜਾਂਦਾ ਚੇਤਾ, ਗੁਰੂ ਦਾ ਚੇਤਾ ਕੋਈ ਨਹੀਂ। ਵਿਆਹ ਹੋ ਜਾਏ ਤੇ ਫਿਰ ਤੇ ਗੁਰਦੁਆਰਾ ਵੀ ਇੱਕ ਜਾਣਕਾਰੀ ਬਣ ਕੇ ਰਹਿ ਜਾਂਦਾ। ਗੁਸਤਾਖੀ ਮਾਫ, ਮੇਰੇ ਖਿਆਲ ਚ ਉਨੀ ਵਾਰੀ ਪਿੱਠ ਕਦੇ ਗੁਰੂ ਵਾਰ ਨਹੀਂ ਹੁੰਦੀ ਜਿੰਨੀ ਵਿਆਹ ਵੇਲੇ ਹੋ ਜਾਂਦੀ ਹੈ। ਤੇ ਸਾਡੀਆਂ ਫੋਟੋ ਲਾਉਣ ਵਾਲਾ ਇੰਨੀ ਖਿਆਲ ਰੱਖਦਾ ਵੀ ਮੇਰਾ ਗੁਰੂ ਵਾਰ ਮੂੰਹ ਹੋ ਰਿਹਾ ਕਿ ਪਿੱਠ ਹੋ ਰਹੀ ਆ। ਕੌਣੇ ਅਸੀਂ ਤੁਸੀਂ ਸਾਰੇ ਸਿੱਖੇ? ਯਾਦ ਰੱਖਿਓ, ਗੁਰੂ ਨੇ ਉਸ ਖੁਸ਼ੀ ਨੂੰ ਖੁਸ਼ੀ ਨਹੀਂ ਮੰਨੀ, ਮੰਨਿਆ ਜਿਹੜੀ ਖੁਸ਼ੀ ਗੁਰੂ ਦੀ ਪੈ ਭਾਵ ਨਹੀਂ ਗਵਾ ਦੇ। ਕਿਉਂਕਿ ਗੁਰੂ ਕੇ ਸਿੱਖ ਨੂੰ ਸਭਿਅਕ ਬਣਾਇਆ ਗਿਆ ਹੈ ਤੇ ਹਰ ਵੇਲੇ ਗੁਰੂ ਦੇ ਅਦਬ ਵਿੱਚ, ਗੁਰੂ ਦੇ ਸਤਿਕਾਰ ਵਿੱਚ ਬਹਿਣ ਦਾ, ਉੱਠਣ ਦਾ ਹੁਕਮ ਕੀਤਾ ਗਿਆ ਹੈ। ਵਾਰ ਵਾਰ ਪੰਕਤੀ ਚੇਤੇ ਆਉਂਦੀ ਹੈ, ਜਿਹੜੇ ਗੁਰੂ ਕੇ ਸਿੱਖ ਨੇ ਉਹ ਬਹਿੰਦੇ ਵੀ ਨੇ ਤੇ ਧਿਆਨ ਰੱਖ ਕੇ ਬਹਿੰਦੇ ਨੇ ਕਿ ਮੇਰੇ ਬਹਿਣ ਨਾਲ ਕਿਸੇ ਦਾ ਸਿਮਰਨ ਨਾ ਟੁੱਟੇ, ਕਿਸੇ ਦੀ ਬੰਦਗੀ ਨਾ ਟੁੱਟੇ, ਕਿਸੇ ਦੇ ਧਰਮ ਕਾਉਣ ਵਿੱਚ ਕੋਈ ਵਾਧਾ ਨਾ ਪੈ। ਉਹ ਜ਼ਿੰਦਗੀ ਦੇ ਰਹਿਣ ਵਾਲੇ ਹਰ ਘੜੀ ਹਰ ਪਲ ਹਰ ਲਾਮੇ ਵਿੱਚ ਆਪਣੇ ਪਰਮਾਤਮਾ ਨੂੰ ਚੇਤੇ ਰੱਖਦੇ ਨੇ। ਐਸਾ ਕੰਮ ਨਾ ਹੋ ਜਾਏ, ਐਸਾ ਸਮਾਂ ਨਾ ਮੇਰੇ ਕੋਲੋਂ ਹੋ ਜਾਏ ਜਿਹੜਾ ਸਮਾਂ ਮੈਂ ਗੁਰੂ ਨਾਲੋਂ ਟੁੱਟ ਕੇ ਗੁਜ਼ਾਰਨਾ। ਉਹਦਾ ਸਰੂਪ ਹੈ ਅੱਜ ਕਿ 14 ਦੇ ਸਾਲ ਵਿੱਚੋਂ ਅਸੀਂ 15 ਚ ਦਾਖਲ ਹੋਣਾ ਹੈ। ਗਿਣਤੀ ਬਿਣਤੀ ਕਰਿਓ ਕਿ ਅਸੀਂ ਇਸ ਸਾਲ ਚ ਕਿੰਨੇ ਕੁ ਗੁਰਮਤੀ ਹੈ, ਕਿੰਨੇ ਕੁ ਕੰਮ ਅਸਾਂ ਮਨਮਤ ਦੇ ਕੀਤੇ, ਕਿੰਨੇ ਕੁ ਆਪਣੇ ਮਿੱਤਰਾਂ ਨਾਲ ਮਿੱਤਰਤਾ ਇਜ਼ਹਾਰ ਕੀਤੀ, ਕਿੰਨਿਆਂ ਨਾਲ ਸੱਚਮੁੱਚ ਅਤੇ ਦੁਸ਼ਮਣੀ ਪਾਲੀ। ਹੁਣ ਸਾਲ ਤੇ ਸਾਲ ਹੀ ਹੈ, ਇਹ ਰੁਕਣਾ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਬਚਨ ਪੜਾਂਗਾ ਤੇ ਗੁਆਚ ਜਾਵਾਂਗਾ। ਸਿੱਖ ਨੂੰ ਕਾਲ ਦੇ ਵਿੱਚ ਰਹਿ ਕੇ ਅਕਾਲ ਦੀ ਪੂਜਾ ਦਾ ਅਹਿਸਾਸ ਕਰਵਾਇਆ ਗਿਆ ਸੀ। ਇੱਕ ਗੱਲ ਯਾਦ ਰੱਖ, ਤੂੰ ਉਹ ਤਾਂ ਪੁਜਾਰੀ ਹੈ ਜਿਹਦੇ ਹੁਕਮ ਵਿੱਚ ਸੂਰਜ ਚੱਲਦਾ ਹੈ। ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਜਲਤ ਨਯੰਦ, ਸਗਲੀਆਂ ਭਾਉ ਲਿਖੀਆਂ ਸਿਰੇ, ਨਾਨਕ ਨਿਜ ਭਾਉ ਨਿਰੰਕਾਰ ਸਚੇ। ਤੂੰ ਨਿਰੰਕਾਰ ਦੀ ਪੂਜਾ ਕਰਨੀ। ਖੈਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਭਾਈ ਕੁਝ ਸਿੱਖ ਜਿਨ੍ਹਾਂ ਜਿਨ੍ਹਾਂ ਨੂੰ ਇਸ਼ਾਰਾ ਹੋਇਆ ਉਹ ਸਮਝੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੋਂ ਦੂਰ ਹੋ ਕੇ ਤਮਾਸ਼ਾ ਵੇਖਣ ਲੱਗ ਪਏ, ਚਲੇ ਗਏ। ਕੁਝ ਸਿੱਖ ਕੋਲ ਰਹੇ ਸਨ, ਸਤਿਗੁਰੂ ਪਾਤਸ਼ਾਹ ਜੀ ਜਿਹੜੇ ਦੂਰ ਗਏ ਸਨ ਉਹਨਾਂ ਨੂੰ ਆਖਣ ਲੱਗਿਆ ਵੀ ਸਿੱਖੋ ਸੱਚ ਦੱਸਿਓ, ਤਮਾਸ਼ਾ ਵੇਖਿਆ। ਸਿੱਖਾਂ ਦੇ ਹਿਰਦੇ ਚ ਸਤਿਗੁਰੂ ਜੀ ਨੇ ਇੱਕ ਹੁਕਮ ਕੀਤਾ ਹੈ ਵੀ ਉਹ ਸਿੱਖ ਸਿੱਖ ਨਹੀਂ ਹੈ ਜਿਹਦੇ ਹਿਰਦੇ ਵਿੱਚ ਦਇਆ ਨਹੀਂ ਹੈ, ਕਿਉਂਕਿ ਤੌਲ ਧਰਮ ਦਇਆ ਕਾ ਪੂਤ।
ਤੇ ਜਿਨ੍ਹਾਂ ਦੇ ਸਿੱਖਾਂ ਦੇ ਅੰਤਸ਼ਕਰਨ ਦੀ ਦਇਆ ਚੱਕਣ ਲੱਗੇ ਮਹਾਰਾਜ ਸੱਚ ਪੁੱਛੋ ਤੇ ਕੀ ਤਮਾਸ਼ਾ ਵੇਖਣਾ ਸੀ। ਜੀਵ ਦੇ ਨੱਕ ਵਿੱਚ ਪਾਈ ਸੀ ਨੱਥ, ਇਸ਼ਾਰਾ ਹੁੰਦਾ ਸੀ ਜਿੱਧਰ ਨੂੰ ਉਧਰ ਨੂੰ ਨੱਚਦਾ ਸੀ। ਕਾਹਦਾ ਤਮਾਸ਼ਾ? ਮਹਾਰਾਜ ਦੁਖੀ ਹੋ ਗਏ ਸਨ ਵੇਖ ਵੇਖ ਕੇ ਵੀ ਇਸ ਜੀਵ ਵਾਸਤੇ ਮੁਕਤੀ ਦਾ ਸਾਧਨ ਇੱਕੋ ਹੀ ਹੈ, ਇਹਦੀ ਮੌਤ। ਜਿਸ ਦਿਨ ਇਹਦੀ ਮੌਤ ਹੋ ਗਈ ਇਸ ਨੱਚਣ ਤੋਂ, ਇਸ ਟੱਪਣ ਤੋਂ, ਇਸ ਦੁੱਖ ਤੋਂ, ਸਮਝੋ ਇਹਨੂੰ ਛੁਟਕਾਰਾ ਮਿਲ ਜਾਏਗਾ। ਤੇ ਇਹ ਤੇ ਦੁੱਖ ਹੋਰ ਵੀ ਭਿਅੰਕਰ ਹੈ ਵੀ ਨੱਚਦਾ ਇਹ ਹੈ, ਟੱਪਦਾ ਇਹ ਹੈ, ਇਹਦੇ ਨੱਚਣ ਟੱਪਣ ਤੇ ਜਿਹੜੇ ਕੋਈ ਚਾਰ ਪੈਸੇ ਹੁੰਦੇ ਨੇ ਉਹ ਕਿਸੇ ਨੂੰ ਆਮਦਨ ਹੁੰਦੀ, ਇਹਨੂੰ ਇੱਕ ਕੌਡੀ ਨਹੀਂ ਮਿਲਦੀ। ਸਮਝੋ ਇਹਦਾ ਦੂਜਾ ਰੂਪ ਬਾਬਾ ਕਬੀਰ ਜੀ ਨੇ ਸ਼ਹਿਰ ਖਿੱਚਿਆ ਨਾ ਪੁੱਲਦਾ ਹੋਣ ਤੇ। ਕਹੀ ਮਰਕਟ ਮੁਸ਼ਟੀ ਨਾਜ ਕੀ ਮਰਨ ਬਾਰਾ ਕਬੀਰ ਮਰਕਟ, ਸੰਸਕ੍ਰਿਤ ਲਫ਼ਜ਼ ਹੈ ਬਾਂਦਰ, ਮਰਕਟ ਮੁਸ਼ਟੀ ਮੁੱਠ ਨਾਜ ਕੀ ਮਨ ਬਾਰਾ ਲੀਨੀ ਘਾਤ ਪਸਾਰ ਛੂਟਣ ਕੋ ਸਰਸਾ ਪਰਿਓ ਮਨ ਬਹੁਰਾ ਰੇ ਨਾਚਿਓ ਘਰ ਘਰ ਬਾਰ ਮਾਰੇ ਉਪਦੇਸ਼ ਸਮਝ ਮਨ ਬਹੁਰਾ ਰੇ ਵਿਸ਼ੇ ਵਿਕਾਰਾਂ ਤੋਂ ਬਚ ਜਾ, ਨਹੀਂ ਤੇ ਤੈਨੂੰ ਏਦਾਂ ਹੀ ਬਚਾਉਣਗੇ ਜਿਵੇਂ ਬਾਂਦਰ ਨੂੰ ਇੱਕ ਮੁੱਠੀ ਚੋਲਿਆਂ ਵਾਸਤੇ ਉਹ ਪਕੜਿਆ ਜਾਂਦਾ ਤੇ ਦੁਖਾਂ ਤੇ ਵੀ ਨੱਚਦਾ ਉਹ ਅਤੇ ਪੈਸੇ ਲੈ ਕੇ ਡਮਰੂ ਬਚਾਉਣ ਵਾਲਾ ਰਹਿ ਪੈਂਦਾ। ਕਹਿੰਦੇ ਮਹਾਰਾਜ ਜੀ ਕਾਹਦਾ? ਦੂਜਾ ਦੁੱਖ ਇਹ ਸੀ ਧਿਆਨ ਹਰ ਵੇਲੇ ਤੁਹਾਡੇ ਚਰਨਾਂ ਚ ਰਿਹਾ ਵੀ ਅੱਜ ਪਤਾ ਨੀ ਕਲਗੀ ਤਰਫਾਚਾ ਜਿਹਦੇ ਚਰਨਾਂ ਚ ਕਿਹੜੇ ਸਿੱਖ ਨੇ ਕਿਹੜਾ ਸਵਾਲ ਕਰਨਾ ਹੈ, ਉਸ ਸਵਾਲ ਨੂੰ ਸੁਣ ਕੇ ਮਨ ਦੀ ਸੰਤੁਸ਼ਟੀ ਹੋ ਜਾਣੀ ਹੈ। ਮਨ ਦੀ ਸੰਤੁਸ਼ਟੀ ਹੋ ਗਈ ਤੇ ਲੋਕ ਸੁਖੀਆ ਬਣ ਜਾਣਾ, ਪਰ ਲੋਕ ਸੁਖੀਲਾ ਬਣ ਜਾਣ। ਦਤਾਰ ਜੀ ਦੂਜਿਆਂ ਸਿੱਖਾਂ ਨੂੰ ਜਿਹੜੇ ਮੇਰੇ ਵਰਗੇ ਖੋਲ ਖਾਣਾ ਕਹਿਣਗੇ ਵੀ ਤੁਸੀਂ ਵੀ ਸੱਚ ਦੱਸੋ ਕਿ ਵੀ ਤੁਹਾਡਾ ਧਿਆਨ ਕਿੱਥੇ ਰਿਹਾ। ਕਹਿੰਦੇ ਮਹਾਰਾਜ ਸੱਚ ਪੁੱਛੋ, ਸਾਡਾ ਧਿਆਨ ਇਹ ਸੀ ਵੀ ਮਨ ਵਿੱਚ ਇਹ ਆਉਂਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਰੋਜ਼ ਹੀ ਇੱਥੇ ਰਹਿਣੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਰੋਜ਼ ਇੱਥੇ ਹੀ ਰਹਿਣੇ, ਇਹਨਾਂ ਦੇ ਗਿਆਨ ਦੀ ਚਰਚਾ ਵੀ ਰੋਜ਼ ਹੀ ਹੁੰਦੀ ਹੈ। ਤੇ ਜਿਹੜਾ ਅੱਜ ਤਮਾਸ਼ਾ ਵੇਖ ਲੈਣਾ ਉਹ ਤੇ ਮੁੜ ਕੇ ਮੌਕਾ ਨਹੀਂ ਮਿਲਣਾ, ਕਿਉਂਕਿ ਉਹਨੇ ਮੁੜ ਕੇ ਸਾਡੇ ਸ਼ਹਿਰ ਚੋਂ ਚਲੇ ਜਾਣਾ। ਹੁਣ ਇੱਥੇ ਖਿਆਲ ਰੱਖ ਲਿਓ ਇਸ ਕਹਾਣੀ ਤੋਂ, ਕਿਉਂਕਿ ਜਿਹੜਾ ਮਨ ਕਰਕੇ ਗੁਰੂ ਕੋਲ ਹੈ ਉਹ ਸੱਚ ਪੁੱਛ ਤੇ ਅਸਲੀ ਗੁਰੂ ਦੇ ਕੋਲ ਹੈ। ਅਮਨ ਬੱਚੇ ਚੇਤੇ ਰੱਖਣ ਯੋਗ ਹੈ, ਆਪਣੇ ਅੰਤਸ਼ਕਰਨ ਦੀ ਫੱਟੀ ਤੇ ਲਿਖ ਲੈਣਾ ਚਾਹੀਦਾ। ਗੁਰ ਸਬਾਈ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤੋ ਮਿਲੇ ਤੋ ਮਨ ਰਹੇ ਹਦੂਰ। ਜੇ ਮਨ ਚੋਰੀ ਵਿੱਚ ਆ ਜਾਏ ਪਰ ਮਨ ਕਾਬੂ ਨਹੀਂ ਆਉਂਦਾ, ਤੁਹਾਡਾ ਤਾਂ ਮੈਨੂੰ ਪਤਾ ਕੋਈ ਨਹੀਂ, ਬਾਣੀ ਸ਼ੁਰੂ ਕਰਾਂ ਤੇ ਫਿਰ ਮਨ ਆਲਸੀ ਹੋ ਜਾਂਦਾ, ਨੀਂਦ ਦੇ ਗੱਫੇ ਲੈ ਆਉਂਦਾ। ਜੇ ਉਧਰੋਂ ਰੋਕਾਂ ਤੇ ਕੋਈ ਕੰਮ ਦੀਆਂ ਲੜੀਆਂ ਬਣਾ ਲੈਂਦਾ, ਜੇ ਉਧਰੋਂ ਹਟਾਵਾਂ ਤੇ ਕੋਈ ਧੀ ਚੂੰ ਚਾਂ ਕਰਨ ਲੱਗ ਪੈਂਦੀ ਹੈ, ਕੋਈ ਮੁੰਡਾ ਉੱਠ ਖਲੋਂਦਾ, ਜੇ ਹੋਰ ਕੱਖ ਨਾ ਹੋਵੇ ਤੇ ਤੇਹ ਲੱਗਣ ਲੱਗ ਪੈਂਦੀ, ਪਿਆਸ ਲੱਗਣ ਲੱਗ ਪੈਂਦੀ ਹੈ, ਰੋਟੀਆਂ ਦੀ ਭੁੱਖ ਲੱਗਣ ਲੱਗ ਪੈਂਦੀ ਹੈ, ਸੂਈ ਵੱਲ ਧਿਆਨ ਚਲਿਆ ਜਾਂਦਾ, ਅਨੇਕ ਪ੍ਰਕਾਰ ਦੀਆਂ ਬੰਦਿਸ਼ਾਂ ਖੜੀਆਂ ਕਰਨਾ, ਕਿਉਂਕਿ ਮਨ ਨੂੰ ਕਿਹਦਾ ਕੀ ਕਰਦਾ ਜੀ? ਮਨ ਤੇ ਸੱਚੀ ਗੱਲ ਹੈ ਬੜਾ ਸ਼ੈਤਾਨ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਵਚਨ ਚੇਤੇ ਰੱਖ ਲਿਓ। ਮਨ ਖੁੱਟ ਘਰ ਤੇਰਾ ਨਹੀਂ ਵਿਸ਼ਵਾਸ, ਤੇ ਖੁੱਟ ਘਰ ਪਤਾ ਕਿਹਨੂੰ ਆਉਂਦੇ? ਖੋਤੇ ਉਹਦੇ, ਤੂੰ ਐਸਾ ਖੋਤਾ ਤੇਰਾ ਵਿਸ਼ਵਾਸ ਕੋਈ, ਤੇ ਤੂੰ ਪਛੰਡੇ ਬੜੇ ਮਾਰਦਾ, ਤੇ ਮੈਂ ਗੁਸਤਾਖੀ ਮਾਂ ਇੱਕ ਬੇਨਤੀ ਕਰ ਲਿਆ ਕਰਦਾ, ਜਿਸ ਖੋਤੇ ਦੀ ਬਾਤ ਕੀਤੀ ਉਹ ਦਬਾ ਹੋਣਾ ਇੱਕ ਪਾਸੇ ਨੂੰ ਮਾਰਦਾ, ਬੰਦੇ ਦਾ ਤੇ ਪਤਾ ਹੈ ਕੋਈ ਨਹੀਂ, ਸੱਚੇ ਪਾਸੇ ਅੱਗੇ ਪਿੱਛੇ ਸਾਰੇ ਪਾਸੇ ਮਾਰੀ ਫਿਰਦਾ। ਮਨ ਖੁੱਟ ਘਰ ਤੇਰਾ ਨਹੀਂ ਵਿਸ਼ਵਾਸ, ਤੂੰ ਮਖਾਇਓ ਦੁਮਾਦਾ, ਖੜਕਾ ਪੈ ਤੁਰ ਤਾਂ ਛੁੱਟੇ ਜਾਇਓ ਪਰ ਲਾਦਾ। ਸਿਆਣੇ ਪੁਰਖ ਉਹਦੇ ਪੈਰ ਦਾ ਪੈਂਚਰ ਤਾਂ ਖੋਲਦੇ ਨੇ ਪਹਿਲਾਂ ਉੱਤੇ ਉਹਦੀ ਛੱਟ ਲੱਦ ਲੈਣ, ਜਿਹੜਾ ਸਮਾਨ ਢੋਆ ਢੁਆਈ ਕਰਨਾ ਹੈ। ਇਹੀ ਕਾਰਨ ਹੈ ਗੁਰਮਤਿ ਸਾਨੂੰ ਤੁਹਾਨੂੰ ਸੱਚ ਪੁੱਛੋ ਤੇ ਉਪਦੇਸ਼ ਕੀ ਦਿੰਦੀ ਹੈ, ਫਿਰ ਜੇ ਸਵੇਰੇ ਉੱਠੇ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਸਿਮਰਨ ਕਰਿਆ ਕਰ, ਕਿਉਂਕਿ ਜੇ ਉਹ ਕਿਰਪਾ ਕਰਦਾਗਾ ਨਾ ਤਾਂ ਮਨ ਵਸ ਵਿੱਚ ਆਉਣਾ, ਤੇਰੇ ਕਰਮਾਂ ਨਾਲ ਮਨ ਨਹੀਂ ਵਸ ਚ ਆਉਣਾ। ਵਾਕ ਤੁਸੀਂ ਸ਼ਾਇਦ ਚੰਗੀ ਤਰ੍ਹਾਂ ਜਾਣਦੇ ਹੋਵੋ, ਮਨ ਵਸਿਆ ਵੇ ਨਾਨਕਾ ਜੇ ਪੂਰਨ ਕਿਰਪਾ ਗੋਏ, ਫਿਰ ਮੈਂ ਕੀ ਕਰਾਂ ਜੀ? ਚਾਲਾਂਗੇ ਉਠ ਨਾਮ ਜਪ, ਨਿਸ਼ਵਾਸ਼ਰੀਆਂ ਰਾਤ ਕਾਰਾ ਤੁਝੇ ਨਾ ਵਿਆਪੀ, ਨਾਨਕ ਮਿਟੇ ਉਪਾਦ, ਚਜਾ ਚੂਰਨ ਮਿਟੇ ਤੁਮਾਰੋ, ਰਾਮ ਨਾਮ ਸਿਉਂ ਕਰ ਵਿਵਹਾਰੋ। ਉਹ ਕੰਮ ਕਰ ਜਿਹਦੇ ਨਾਲ ਤੇਰਾ ਰੱਬ ਦਾ ਨਾਮ ਪੱਕਾ ਹੋਵੇ, ਉਹ ਵਿਕਾਰ ਕਰ, ਉਹ ਕਾਰ ਕਰ, ਜਿਸ ਕਾਰਨ ਕਰਕੇ, ਕਾਰ ਕਰਕੇ, ਕੰਮ ਕਰਕੇ, ਖਾਣ ਕਰਕੇ, ਪੀਣ ਕਰਕੇ, ਬਹਿਣ ਕਰਕੇ, ਰਹਿਣ ਕਰਕੇ, ਸੌਣ ਕਰਕੇ, ਉੱਠਣ ਕਰਕੇ, ਜਾਗਣ ਕਰਕੇ, ਤੁਰਨ ਕਰਕੇ, ਹਰ ਹਰਕਤ ਕਰਕੇ ਤੈਨੂੰ ਤੇਰਾ ਰੱਬ ਨਾ ਵਿਸਰੇ। ਕਿਉਂ? ਸੋਈ ਦਿਵਸ ਸੁਹਾਵਣਾ, ਸੋਈ ਦਿਵਸ ਸੁਹਾਵਣਾ, ਜਿਤ ਪ੍ਰਭਿਆਵੇ ਜਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਫੁਨੇਰੀ ਰੁੱਤ। ਉਹ ਭਾਵੇਂ ਰੁੱਤ ਹੋਵੇ, ਭਾਵੇਂ ਸਾਲ ਹੋਵੇ, ਭਾਵੇਂ ਮਹੀਨਾ ਹੋਵੇ, ਭਾਵੇਂ ਸਦੀ ਹੋਵੇ, ਜਿਹੜੀ ਸਦੀ, ਜਿਹੜਾ ਮਹੀਨਾ, ਜਿਹੜਾ ਸਾਲ, ਜਿਹੜਾ ਦਿਨ, ਜਿਹੜੀ ਘੜੀ, ਜਿਹੜਾ ਪਲ, ਜਿਹੜਾ ਮਹੂਰਤ ਤੈਨੂੰ ਰੱਬ ਨਾਲੋਂ ਤੋੜਦਾ ਨਾ, ਉਹ ਤੇਰੇ ਵਾਸਤੇ ਚੰਗਾ ਨਹੀਂ ਹੈ। ਤੇਰੇ ਵਾਸਤੇ ਉਹ ਦਿਨ ਚੰਗਾ, ਉਹ ਘੜੀ ਸੁਲੱਖਣੀ ਹੈ, ਉਹ ਸਮਾਂ ਸੁਹਾਵੜਾ ਹੈ, ਜਦੋਂ ਤੂੰ ਆਪਣੇ ਆਪੇ ਨੂੰ ਗੁਰੂ ਚਰਨਾਂ ਨਾਲ ਇੱਕ ਮਿਕ ਕਰਨਾ। ਉਦਾਂ ਕਿਉਂ 2015 ਸਹੀ ਮਹੀਨੇ ਚ ਇਸ ਪਲੈਨਟ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਆਸਟ੍ਰੇਲੀਆ ਵਗੈਰਾ ਚ ਤੇ ਚੜ ਗਏ? ਉੱਥੇ ਤੇ ਸੱਚ ਪੁੱਛੋ ਤਕਰੀਬਨ 2015 ਦੀ ਜਨਵਰੀ ਦਾ ਪਹਿਲਾ ਦਿਨ ਵੀ ਤਕਰੀਬਨ ਅੱਧਾ ਪਚੱਧਾ ਬੀਤ ਗਿਆ। ਗੁਰਮਤ ਨੇ ਇੱਕ ਬੜਾ ਤੱਤ ਕਿਹਾ ਹੈ, ਜਿਹੜਾ ਅਸੀਂ ਤੁਸੀਂ ਰੋਜ਼ ਸੰਧਿਆ ਦੇ ਸਮੇਂ ਰਾਤ ਨੂੰ ਸੌਣ ਲੱਗੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧੜਕੇ ਪੜ੍ਹਦੇ ਹਾਂ, ਉਹਦੇ ਵਿੱਚ ਕੀ ਹੈ?
ਸੂਰਜ ਰੁੱਤੀਆਂ ਨੇਕ ਨਾਨਕ ਕਰਤੇ ਕੇ ਕਿਤੇ ਵੇਸ ਜਿਵੇਂ ਇੱਕ ਸੂਰਜ ਪਹਿਲਾਂ ਸੱਚ ਪੁੱਛੋ ਸਾਲ ਬਣਦਾ ਫਿਰ ਬਾਰਾਂ ਮਹੀਨੇ ਬਣਦੇ ਨੇ ਬਾਰਾਂ ਮਹੀਨਿਆਂ ਚੋਂ ਫਿਰ ਹਫ਼ਤੇ ਬਣਦੇ ਨੇ ਹਫ਼ਤਿਆਂ ਵਿੱਚੋਂ ਦਿਨ ਬਣਦੇ ਨੇ ਦਿਨਾਂ ਵਿੱਚੋਂ ਘੜੀਆਂ ਬਣਦੀਆਂ ਨੇ ਘੜੀਆਂ ਵਿੱਚੋਂ ਪਲ ਬਣਦੇ ਨੇ ਪਰ ਹੈ ਤੇ ਸਾਰੇ ਸਾਲ ਦਾ ਹਿੱਸਾ ਹੀ ਨਾ ਜਿੰਨਾ ਉਹ ਪਲ ਭਾਈ ਵੀਰ ਸਿੰਘ ਨੇ ਬੜੀ ਗਹਿਰੀ ਵਿਆਖਿਆ ਕੀਤੀਆਂ ਦੇ ਅਸਲ ਵਿੱਚ ਵਰਤਮਾਨ ਨੂੰ ਪਕੜਿਆ ਨਹੀਂ ਜਾ ਸਕਦਾ ਜਿਹੜਾ ਸਾਨੂੰ ਠੀਕ ਪਹਿਲਾਂ ਭਵਿੱਖ ਲੱਗਦਾ ਸੀ ਵੀ ਆਉਣਾ ਹੈ ਸਾਲ ਜਿੱਦਾਂ ਹੁਣ ਸੱਚ ਪੁੱਛੋ ਤੇ ਜਿਨ੍ਹਾਂ ਦਾ ਧਿਆਨ ਹੈ ਉਹ ਕਹਿਣਗੇ ਵੀ 15 ਤੋਂ ਬਾਅਦ 16 ਆਉਣਾ 16 ਤੋਂ ਬਾਅਦ 17 ਆਉਣਾ 17 ਤੋਂ ਬਾਅਦ ਫਿਰ 18 ਆਉਣਾ ਇਹ ਤੇ ਚੱਲਦਾ ਹੀ ਰਹਿਣਾ ਹੈ ਇੱਥੇ ਆਣ ਕੇ ਵੀ ਕਈ ਵਾਰੀ ਬੇਨਤੀ ਕਰਦਿਆ ਕਰਦਾ ਜੇ ਗੁਰੂ ਰਹਿਮਤ ਕਰਦਾ ਅਸੀਂ ਇਸ ਸਾਲ ਦੇ ਦਿਹਾੜੇ ਚੋਂ ਵਰਤਮਾਨ ਵਿੱਚ ਜੀ ਲਈਏ ਵਰਤਮਾਨ ਸਫਲ ਕਰ ਲਈਏ ਤੇ ਸਾਡਾ ਆਉਣ ਵਾਲਾ ਸਾਰਾ ਸਾਲ ਸਫਲ ਹੋ ਸਕਦਾ ਕਿਉਂ ਜਦੋਂ ਪਹਿਲੇ ਛਿਨ ਉੱਠਣਾ ਤੇ ਜੇ ਸਹੀ ਰਸਤਾ ਚੁਣਿਆ ਗਿਆ ਤੇ ਸਾਰਾ ਰਸਤਾ ਸਹੀ ਮੰਜ਼ਿਲ ਨੇੜੇ ਆ ਜਾਏਗੀ ਜੇ ਪਹਿਲੇ ਛਿਨ ਵਿੱਚ ਗਲਤੀ ਹੋ ਗਈ ਇਸੇ ਕਰਕੇ ਸੱਚ ਪੁੱਛੋ ਤੇ ਬਹੁਤੇ ਸਿਆਣਿਆਂ ਨੇ ਕੋਸ਼ਿਸ਼ ਕੀਤੀ ਹੈ ਵੀ ਆਉਣ ਵਾਲੇ ਸਮੇਂ ਨੂੰ ਪਹਿਲਾਂ ਭਾਗ ਕੇ ਵੀ ਕਿਵੇਂ ਸਫਲ ਹੋ ਸਕਦਾ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਇਸ ਦਿਨ ਸਾਰੇ ਗੁਰੂ ਕੋਲ ਇਕੱਠੇ ਹੋਵਾਂਗੇ ਤਾਂ ਕਿ ਪਹਿਲੀ ਘੜੀ ਪਹਿਲਾ ਪਾਠ ਆਪਣੇ ਮਾਲਕ ਦੀ ਗੋਦ ਵਿੱਚ ਵਿਚਰ ਜਾਏ ਤੇ ਜਦੋਂ ਪਹਿਲਾ ਪੈਰ ਸਹੀ ਪਾਸੇ ਪੁੱਟਿਆ ਗਿਆ ਪਹਿਲਾ ਪੈਰ ਸਹੀ ਸਫਰ ਪਾਸੇ ਪੁੱਟਿਆ ਗਿਆ ਤੇ ਇਹਨੂੰ ਇਹ ਸਮਝ ਲੈਣਾ ਵੀ ਸਤਿਗੁਰੂ ਚਰਨ ਚਰਨ ਚੱਲ ਜਾਏ ਸਿੱਖ ਚਰਨ ਸ਼ਰਨ ਤਾਂ ਕੀ ਜਗਤ ਚੱਲ ਆਵਈ ਤੂੰ ਗੁਰੂ ਦੇ ਚਰਨਾਂ ਚ ਆ ਲੋਕ ਤੇਰੇ ਚਰਨਾਂ ਚ ਆ ਜਾਣਗੇ ਭਾਈ ਗੁਰਦਾਸ ਜੀ ਤੇ ਮੈਂ ਕਈ ਵਾਰੀ ਇਸ ਪੱਖ ਦਾ ਏਦਾਂ ਵਿਚਾਰ ਕਰ ਲਿਆ ਕਰਨਾ ਵੀ ਭਾਈ ਜੀ ਮੈਂ ਵੀ ਆ ਗਿਆ ਗੁਰਦੁਆਰੇ ਆਏ ਤੁਸੀਂ ਵੀ ਹੋ ਹੁਣ ਕਈ ਆਏ ਨੇ ਵੀ ਮਹਾਰਾਜ ਜਿਹੜੀ ਪਹਿਲੀ ਸਕਿੰਟ ਦੀ ਘੜੀ ਦੀ ਆਉਣੀ ਹੈ ਨਾ ਜਿਹੜਾ ਪਹਿਲਾ ਆਰੰਭ ਹੈ ਹੋਰ ਗੱਲਾਂ ਅਸੀਂ ਸਾਰੀਆਂ ਛੱਡ ਦੇਣੀਆਂ ਤੇ ਆਪਣੇ ਮਾਲਕ ਦੇ ਚਰਨ ਪਕੜਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜੇ ਚਰਨ ਪਕੜੇ ਗਏ ਸਿਮਰਨ ਹੋ ਗਿਆ ਬੰਦਗੀ ਹੋ ਗਈ ਸਾਰਾ ਸਾਲ ਸਾਡਾ ਬੰਦਗੀ ਚ ਲੰਘੇਗਾ ਜੋ ਪਹਿਲੀ ਪ੍ਰਾਪਤੀ ਹੋ ਗਈ ਉਹਨੂੰ ਸਾਂਭ ਕੇ ਰੱਖਾਂਗੇ ਕੋਸ਼ਿਸ਼ ਕਰਾਂਗੇ ਵੀ ਜਿਹੜਾ ਰਸ ਪਹਿਲੇ ਛਿਨ ਚ ਆਇਆ ਉਹ ਰਸ ਨੂੰ ਬਣਾਉਣ ਦੀ ਹਰ ਆਰ ਪਾਰ ਕੀਤਾ ਜਾਏ ਉਹ ਸੱਚ ਪੁੱਛੋ ਤੇ ਕਈਆਂ ਦਿਨਾਂ ਤੋਂ ਤਿਆਰੀ ਕਰਦੇ ਸਨ ਵੀ ਕਦੋਂ 31 ਜਨਵਰੀ ਆਏ ਕਦੋਂ ਰਾਤ ਆਏ ਤੇ ਕਦੋਂ ਅਸੀਂ ਗੁਰੂ ਚਰਨਾਂ ਚ ਹਾਜ਼ਰ ਹੋਈਏ ਇੱਕ ਤੇ ਉਹ ਨੇ ਇੱਕ ਮੇਰੇ ਵਰਗੇ ਆਏ ਨੇ ਵੀ ਚੱਲ ਯਾਰ ਟਾਈਮ ਪਾਸ ਕਰ ਆਈਏ ਦੋਵਾਂ ਦਾ ਆਉਣਾ ਇੱਕੋ ਜਿਹਾ ਤੇ ਨਹੀਂ ਨਾ ਇੱਕ ਭਾਵਨੀ ਕਰਕੇ ਆਇਆ ਹੈ ਇੱਕ ਵਿਸ਼ਵਾਸ ਕਰਕੇ ਆਇਆ ਹੈ ਇੱਕ ਸਮਾਂ ਸਫਲ ਕਰਨ ਵਾਸਤੇ ਆਇਆ ਹੈ
ਇੱਕ ਸੱਚ ਪੁੱਛੋ ਆਪਣੀ ਜ਼ਿੰਦਗੀ ਦਾ ਆਰੰਭ ਤਾਂ ਹੀ ਨਵੀਂ ਕਰਨ ਵਾਸਤੇ ਆਇਆ ਵੀ ਪਿੱਛੇ ਜੋ ਵੀ ਹੋ ਗਿਆ ਪਿਛਲੇ ਸਾਲ, ਪਰ ਇੱਕ ਗੱਲ ਤੇ ਹੈ ਨਾ, ਉਹਦੇ ਚ ਵੀ ਸ਼ਾਇਦ ਤੁਸੀਂ ਕੋਈ ਧਰਮ ਕਮਾਇਆ ਹੋਵੇ, ਉਹਦੇ ਚ ਵੀ ਸ਼ਾਇਦ ਕੁਝ ਇਕੱਠਾ ਕੀਤਾ ਹੋਵੇ। ਕਈਆਂ ਨੇ ਲੇਖਾ ਜੋਖਾ ਕਰਨਾ ਤੇ ਕੀ ਕੁਝ ਕੀਤਾ ਪਿਛਲੇ ਸਾਲ, ਫਿਰ ਕਈਆਂ ਨੇ ਇਹਦੇ ਵਿੱਚੋਂ ਸਿੱਖਿਆ ਲੈਣੀ ਹੈ, ਜਿਹਦੇ ਕਰਕੇ ਸਾਨੂੰ ਕੋਈ ਦੁੱਖ ਮਿਲਿਆ, ਜਿਹਦੇ ਕਰਕੇ ਕੋਈ ਪਰੇਸ਼ਾਨੀ ਮਿਲੀ ਹੈ, ਜਿਸ ਕਾਰਨ ਕਰਕੇ ਸਾਨੂੰ ਕੋਈ ਤਕਲੀਫ ਮਿਲੀ, ਅਸੀਂ ਉਹ ਕੰਮ ਐਤਕਾਂ ਇਸ ਸਾਲ ਚ ਹੋਣ ਨਹੀਂ ਦੇਣਾ। ਜਿਵੇਂ ਸੰਸਾਰੀ ਬੰਦਾ ਇੱਕ ਇੱਕ ਦਿਨ ਗਿਣਦਾ, ਏਦਾਂ ਸੱਚ ਪੁੱਛੋ ਤੇ ਕਰਤਾਰੀ ਬੰਦਾ ਵੀ ਇੱਕ ਇੱਕ ਪਲ ਗਿਣਦਾ ਹੈ। ਫਿਰ ਉਹ ਕੀ ਕਹਿੰਦਾ ਜੀ, ਪਲੇ ਸੋਈ ਦਿਵਸ ਸੁਹਾਵਣਾ, ਜਿਤ ਪ੍ਰਭ ਆਵੇ ਚਿਤ ਮਾਨਿਓਏ ਦਿਨ ਸੋ ਧਨ ਪਰਮਾਨਾ, ਸਫਲ ਤੇ ਘਰੀ ਸੰਯੋਗ ਸੁਹਾਵੇ, ਸਫਲ ਤੇ ਘਰੀ ਉਹ ਕਰੀ ਸੰਯੋਗ, ਚਾਹੇ ਉਹ ਦਿਨ ਕਰਕੇ ਹੈ, ਚਾਹੇ ਸਫ਼ਰ ਕਰਕੇ ਹੈ, ਚਾਹੇ ਕਿਸੇ ਧੀ ਕਰਕੇ ਹੈ, ਚਾਹੇ ਕਿਸੇ ਪੁੱਤ ਕਰਕੇ ਹੈ, ਚਾਹੇ ਥਿੱਤ ਕਰਕੇ ਹੈ, ਚਾਹੇ ਵਾਰ ਕਰਕੇ ਹੈ, ਚਾਹੇ ਮਹੀਨਾ ਕਰਕੇ ਹੈ, ਚਾਹੇ ਸਾਲ ਕਰਕੇ ਹੈ, ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦਾ, ਚਾਹੇ ਸੰਗਰਾਂਦ ਕਰਕੇ ਹੈ, ਚਾਹੇ ਮਸੀਹਾ ਕਰਕੇ ਹੈ, ਚਾਹੇ ਗੁਰਪੁਰਬ ਕਰਕੇ ਹੈ, ਜਿਹੜਾ ਵੀ ਸਮਾਂ ਸੰਯੋਗ ਦਾ ਕਾਰਨ ਕੋਈ ਵੀ ਹੋ ਸਕਦਾ, ਧੀ ਹੋ ਸਕਦੀ ਹੈ, ਪੁੱਤ ਹੋ ਸਕਦਾ, ਲੋੜ ਹੋ ਸਕਦੀ ਹੈ, ਥੋੜ ਹੋ ਸਕਦੀ ਹੈ, ਮਜਬੂਰੀ ਹੋ ਸਕਦੀ ਹੈ, ਜ਼ਰੂਰਤ ਹੋ ਸਕਦੀ ਹੈ, ਭੁੱਖ ਹੋ ਸਕਦੀ ਹੈ, ਪਿਆਸ ਹੋ ਸਕਦਾ ਹੈ, ਤਨ ਦੇ ਕੱਪੜਿਆਂ ਦੀ ਲੋੜ ਹੋ ਸਕਦੀ, ਅਨੇਕਾਂ ਪ੍ਰਕਾਰ ਦੀਆਂ ਲੋੜਾਂ, ਜਿਸ ਲੋੜ ਕਰਕੇ ਸੰਯੋਗ ਬਣ ਗਿਆ, ਜਿਸ ਥੋੜ ਕਰਕੇ ਗੁਰੂ ਦੇ ਨੇੜੇ ਹੋਣ ਦਾ ਮੌਕਾ ਮਿਲ ਗਿਆ, ਜਿਸ ਵਿਚਾਰ ਕਰਕੇ, ਜਿਸ ਗਿਆਨ ਕਰਕੇ, ਜਿਸ ਸੋਝੀ ਕਰਕੇ, ਜਿਸ ਧਿਆਨ ਕਰਕੇ, ਕਿਸੇ ਤਰ੍ਹਾਂ ਵੀ ਜੇ ਸੰਯੋਗ ਹੋ ਗਿਆ ਤੇ ਸੱਚੀ ਗੱਲ ਉਹ ਸੁਹਾਉਣਾ ਹੈ। ਮਨ ਤਨ ਦਿਨ ਪਰਵਾਨਾ, ਸਫਲ ਤੇ ਘਰੀ ਸੰਯੋਗ ਸੁਹਾਵੇ, ਹੁਣ ਸੁਹਾਵੇ ਸ਼ਬਦ ਇਹਦੇ ਵਿੱਚ ਕਈ ਕੁਝ ਆ, ਤੁਹਾਡੇ ਵਾਸਤੇ ਤੇ ਸੌਖਾ, ਮੇਰੇ ਵਾਸਤੇ ਸੱਚ ਬੁੱਝੋ ਇੱਕ ਸੋਮਾ, ਜਿਹਦੇ ਕਰਕੇ ਮੈਂ ਸੋਹਣਾ ਲੱਗਣ ਲੱਗ ਪਈ, ਜਿਹਦੇ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ, ਜਿਸ ਕਰਕੇ ਲੋਕਾਂ ਵਿੱਚ ਮੇਰੀ ਇੱਜ਼ਤ ਮਾਣ ਵੱਧ ਗਈ। ਹੁਣ ਤੁਸੀਂ ਪੜੋਗਾ ਪਾਠ, ਮੇਰੇ ਖਿਆਲ ਚ ਕੋਈ ਸਿੱਖ ਐਸਾ ਨਹੀਂ ਜਿਹਦੀ ਰਚਨਾ ਤੇ ਇਹ ਵਾਕ ਨਾ ਹੋਣ, ਜਾਂ ਜੇ ਕੋਈ ਸਿੱਖ ਇਹ ਗੱਲ ਕਹੇ ਮੈਨੂੰ ਤੇ ਕਦੇ ਸੁਣਿਆ ਨਹੀਂ, ਕਿਉਂਕਿ ਹਰ ਰੋਜ਼ ਕਰੀਬਨ ਕਰੀਬਨ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਲੈਣ ਲੱਗਦਾ ਗੁਰੂ ਕਾ ਵਜ਼ੀਰ, ਉਸ ਵੇਲੇ ਸਾਨੂੰ ਤੁਹਾਨੂੰ ਦ੍ਰਿੜ ਕਰਵਾਇਆ ਜਾਂਦਾ ਹੈ, ਪੈ ਸੱਜਣ ਸੱਚਾ ਪਾਤਸ਼ਾਹ ਸਿਰ ਜਿਸ ਪਾਸ ਬੈਠੀਆਂ, ਹਲਾ ਕਰ ਪੜੋ, ਸੋਹੀ ਹੈ ਸੰਯੋਗ ਸੁਹਾਵੇ, ਵੇਖੋ ਅੱਖਰ ਇੱਕੋ ਹੀ ਹੈ, ਸੋਹੀ ਹੈ, ਜਿਹਦੇ ਨੇੜੇ ਬਹਿਣੇ ਕਰਕੇ ਅਸੀਂ ਸੋਹਣੇ ਲੱਗਣ ਲੱਗ ਪੈਂਦੇ, ਲੋਕਾਂ ਨੂੰ ਚੰਗੇ ਲੱਗਣ ਲੱਗ ਪੈਂਦੇ, ਪਿਆਰੇ ਲੱਗਣ ਲੱਗ ਪੈਂਦੇ ਹਾਂ, ਗੁਰੂ ਨੂੰ ਪਿਆਰੇ ਹੋ ਜਾਂਦੇ ਹਾਂ, ਲੋਕ ਕਹਿੰਦੇ ਨੇ ਪਿਆਰਿਆ ਹੁਣੇ ਸੋਹਣਾ ਲੱਗਣ ਲੱਗ ਪਿਆ, ਕਿਉਂਕਿ ਹੁਣੇ ਮਾੜੇ ਥਾਂ ਨਹੀਂ ਜਾ ਕੇ ਬਹਿੰਦਾ।
ਇਹਦੇ ਕੋਲ ਬਹਿੰਦਾ ਜਿਹੜਾ ਕਿਸੇ ਨਾਲ ਠੱਗੀ ਨਹੀਂ ਕਰਦਾ, ਹੇਰਾ ਫੇਰੀ ਨਹੀਂ ਕਰਦਾ, ਠੋਕਾ ਨਹੀਂ ਕਰਦਾ, ਬੇਬੀ ਨਹੀਂ ਕਰਦਾ, ਜਿਹੜਾ ਸਾਰਿਆਂ ਦੇ ਪਰਉਪਕਾਰ ਕਰਦਾ ਭਾਈ ਵੀਰ ਸਿੰਘ ਜੀ, ਜਿਹੜਾ ਚੰਦਨ ਦੇ ਦਰਖਤ ਵਾਂਗ ਹੈ, ਕੋਈ ਆਏ ਇਹਦਾ ਫਲ ਤੋੜ ਕੇ ਲੈ ਜਾਏ, ਕੋਈ ਆਏ ਇਹਦੇ ਪੱਤੇ ਤੋੜ ਕੇ ਲੈ ਜਾਏ, ਕੋਈ ਆਏ ਇਹਦੀ ਛਾਂ ਥੱਲੇ ਬਹਿ ਜਾਏ, ਸੱਚ ਪੁੱਛੋ ਤੇ ਕੋਈ ਆਏ ਇਹਦੀ ਜੜ ਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕਰੇ, ਉਹਨੂੰ ਵੀ ਖੁਸ਼ਬੋ ਦੇ ਕੇ ਤੋਰਦਾ, ਕਿਸੇ ਦਾ ਬੁਰਾ ਮੰਗਦਾ ਹੀ ਨਹੀਂ। ਇਹੋ ਜਿਹਾ ਸੱਜਣਾ ਲੈ ਕੇ ਨਹੀਂ ਮੁਕਰਦਾ, ਧੋਖਾ ਨਹੀਂ ਕਰਦਾ, ਸੇਵੀ ਨਹੀਂ ਕਰਦਾ, ਠੱਗੀ ਨਹੀਂ ਕਰਦਾ। ਇਹਦੇ ਨੇੜੇ ਬਹੀਏ ਤੇ ਇੱਜ਼ਤ ਬਣ ਜਾਂਦੀ ਹੈ, ਮਾਣ ਬਣ ਜਾਂਦੀ ਹੈ। ਸੰਜੋਗ ਸੁਖਾਵੇ ਕੀਤਾ ਕੀ ਜੀ, ਆਟ ਕੇ ਤੇ ਅਸੀਂ ਤੁਸੀਂ ਵੀ ਬਹਿ ਗਏ। ਹੁਣ ਕਈਆਂ ਨੇ ਇੱਥੇ ਸੱਚ ਪੁੱਛੋ ਤੇ ਜਿਸਮੇ ਸਾਲ ਦਾ ਆਰੰਭ ਹੋਣਾ ਸੀ, ਉਹਨਾਂ ਫਿਰ ਉਸੇ ਵੇਲੇ ਮੰਚ ਧਾਰ ਲੈਣਾ ਮਨਾ। ਜਿਹੜਾ ਪਹਿਲਾ ਦਿਨ ਹੈ ਨਾ, ਇਹ ਮੈਂ ਸਾਰਾ ਦਿਨ ਆਪਣੇ ਗੁਰੂ ਦੀ ਭੈ ਭਾਵਨੀ ਚ ਲੱਗਦਾ ਚਾਰਾ ਬੰਦਗੀ ਕਰਦਿਆਂ ਗੁਜ਼ਾਰਨਾ। ਇੱਥੇ ਆਣ ਕੇ ਸਵਾਲ ਪੈਦਾ ਹੁੰਦਾ ਵੀ ਭਾਈ ਜੀ ਕੰਮ ਵੀ ਕਰਨਾ। ਵਾਕ ਤੁਸੀਂ ਕਈ ਵਾਰੀ ਸੁਣੀ ਨੇ ਅੱਗੇ ਵੀ, ਬਾਬਾ ਤਰਲੋਚਨ ਜੀ ਨੂੰ ਜਦੋਂ ਪਤਾ ਲੱਗਾ ਵੀ ਨਾਮਦੇਵ ਨੂੰ ਪ੍ਰਾਪਤੀ ਹੋ ਗਈ, ਉਹਨੇ ਆਖਿਆ ਪਤਾ ਤੇ ਕਰਾਂ, ਕਿਉਂਕਿ ਉਹਦੇ ਖਿਆਲਾਂ ਵਿੱਚ ਪ੍ਰਾਪਤੀ ਉਹਨੂੰ ਸੀ। ਜਿੱਦਾਂ ਕਦੇ ਕਦੇ ਸਾਨੂੰ ਵੀ ਭੁਲੇਖਾ ਜਿਹਾ ਲੱਗ ਜਾਂਦਾ, ਗੁਸਤਾਖੀ ਮਾਂ ਜਿਹੜਾ ਕੰਮ ਛੱਡ ਕੇ ਵਿਹਲਾ ਬਹਿ ਗਿਆ, ਕਰਦਾ ਕੁਝ ਨਹੀਂ, ਕਦੇ ਉਹ ਬੰਦਗੀ ਕਰਦਾ। ਉਹ ਵੇਖੋ ਗੁਰਮਤ ਨੇ ਜਿਹੜੀ ਬੰਦਗੀ ਦਿੱਤੀ ਉਹ ਸੱਚ ਪੁੱਛੋ ਬਾਬੇ ਨਾਨਕ ਨੇ ਆਖਰੀ ਸਮੇਂ ਤੇ ਸਮਝੋ ਸਰੀਰ ਦੇ ਤੇ ਕਰਤਾਰਪੁਰ ਹਲ ਵਾਹ ਕੇ ਬਲਦਾਂ ਦੀ ਸੰਜੋਗ ਹੱਥ ਦੀ ਜੰਗੀ ਫੜ ਕੇ ਸਾਨੂੰ ਤੁਹਾਨੂੰ ਜਾਚ ਦੱਸ ਦਿੱਤੀ ਵੀ ਮਿੱਤਰੋ ਜਵਾਨੀ ਵੇਲੇ ਇੰਨਾ ਪ੍ਰਪੱਕ ਕਰ ਲਿਓ ਆਪਣਾ ਜਿਸਮ ਵੀ ਕੰਮ ਕਰਦਿਆਂ ਕਰਦਿਆਂ ਵੀ ਤੁਹਾਨੂੰ ਰੱਬ ਦਾ ਚੇਤਾ ਨਹੀਂ ਭੁੱਲਣਾ ਚਾਹੀਦਾ। ਹੁਣ ਉੱਥੇ ਜਾ ਕੇ ਜਦੋਂ ਵੇਖਿਆ ਤੇ ਨਾਮਦੇਵ ਅਗਲੇ ਬੰਨੇ ਕੱਪੜਿਆਂ ਦੀ ਸੇਵਾ ਕਰ ਰਿਹਾ ਸੀ। ਯਾਦ ਰੱਖਿਓ ਤੂੰ ਬੇਨਤੀ ਜਾਂਦਾ ਜਾਂਦਾ ਕਰ ਜਾਵਾਂ, ਕੱਲੀ ਸੇਵਾ ਹੰਕਾਰੀ ਬਣਾ ਦਿੰਦੀ ਹੈ, ਕੱਲਾ ਸਿਮਰਨ ਸੱਚ ਪੁੱਛੋ ਤੇ ਕਈ ਵਾਰੀ ਈਰਖਾਲੂ ਬਣਾ ਦਿੰਦਾ ਹੈ। ਮੇਰੇ ਵਰਗਾ ਬੰਦਗੀ ਕਰਨ ਵਾਲਾ ਕੋਈ ਨਹੀਂ, ਜਿਸ ਸੇਵਾ ਨਾਲ ਸਿਮਰਨ ਨਹੀਂ ਉਹ ਹੰਕਾਰ ਪੈਦਾ ਕਰਦਾ ਹੈਗਾ। ਕਿਵੇਂ ਸੌਖਾ ਜਿਹਾ ਪ੍ਰਮਾਣ ਬੇਨਤੀ ਕਰ ਲਿਆ ਕਰਦਾ, ਜਿਵੇਂ ਭਾਈ ਜੇਠਾ ਵੀ ਤੜੇ ਬਣਾਉਂਦਾ ਤੇ ਭਾਈ ਰਾਮਾ ਵੀ ਤੜੇ ਬਣਾਉਂਦਾ, ਸੇਵਾ ਦੋਵੇਂ ਕਰਦੇ ਨੇ। ਇੱਕ ਦੀ ਸੇਵਾ ਸੱਚ ਪੁੱਛੋ ਗੁਰੂ ਦਾ ਨੁਕਸ ਕੱਢਦੀ, ਦੂਜੇ ਦੀ ਸੇਵਾ ਸੱਚ ਪੁੱਛੋ ਆਪਣਾ ਨੁਕਸ ਕੱਢਦੀ। ਇੱਕ ਦੀ ਸੇਵਾ ਹੰਕਾਰੀ ਬਣਾ ਦਿੰਦੀ ਵੀ ਮੈਂ ਚੰਗੀ ਤਰ੍ਹਾਂ ਜਾਣਦਾ, ਦੂਜੇ ਦੀ ਸੇਵਾ ਸੱਚ ਪੁੱਛੋ ਨਿਰਮਾਣ ਬਣਾ ਦਿੰਦੀ ਹੈ। ਪਰ ਨਹੀਂ, ਜਿਵੇਂ ਤੁਸੀਂ ਸਮਝਾਉਂਦੇ ਹੋ ਇਹ ਤਾਂ ਸੱਚ ਪੁੱਛੋ ਮੈਂ ਸਮਝ ਨਹੀਂ ਸਕਦਾ, ਕਿਉਂਕਿ ਤੁਹਾਡੀ ਅਕਲ ਬਹੁਤੀ ਹੈ ਤੇ ਮੇਰੀ ਅਕਲ ਥੋੜ੍ਹੀ ਹੈ, ਤੁਸੀਂ ਚੰਗੀ ਤਰ੍ਹਾਂ ਸਮਝਾਉਂਦੇ ਹੋ। ਇੱਕ ਦੀ ਸੇਵਾ ਹੰਕਾਰੀ ਬਣਾ ਕੇ ਜਿਹੜੀ ਤੱਕ ਆਖਦੇ ਵੀ ਮੈਂ ਤੇ ਚੰਗੀ ਤਰ੍ਹਾਂ ਬਣਾਉਂਦਾ, ਤੁਹਾਨੂੰ ਚੇਤਾ ਭੁੱਲ ਜਾਂਦਾ। ਤੇ ਦੂਜੇ ਦੀ ਸੇਵਾ ਨਿਰਮਾਣਤਾ ਹੀ ਪੈਦਾ ਕਰਕੇ ਆਖਦੀ ਹੈ ਸ਼ੁਕਰ ਹੈ ਮੇਰੀ ਗਲਤੀ ਨਹੀਂ ਚਿਤਾਰਦੇ। ਮੈਂ ਰੱਬ ਵਿੱਚ ਮੰਗਲਾ ਚੰਦ ਦੇ ਤੌਰ ਤੇ ਸ਼ਬਦ ਪੜ੍ਹਿਆ, ਯਾਦ ਰੱਖੋ ਜੇ ਸੂਤੀ ਬਿਰਤੀ ਮਿਲ ਜਾਏ। ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਕਿਵੇਂ ਜੀਵਨ ਪਾਉਂਦਾ ਹੈ ਤੁਸੀਂ ਸਾਰ ਸੰਭਾਲ ਕਰਦੇ, ਮੇਰੇ ਸਾਹਮਣੇ ਅਸ਼ਟਪਦੀ ਹੈ ਸੱਚ ਪੁੱਛੋ ਤੇ ਸੁਖਮਨੀ ਸਾਹਿਬ ਦੀ।
ਜਾਂ ਪਾਣੀ ਕਰਕੇ ਅੱਗੇ ਲੰਘ ਜਾਣਾ। ਮੇਰੇ ਦਾਤਾ ਜੀ ਸਾਨੂੰ ਤੁਹਾਨੂੰ ਸੰਬੋਧਨ ਕਰਕੇ ਆਉਂਦੇ ਨੇ, ਮੇਰੇ ਗੁਣ ਆਈਆਂ ਸੋ ਪ੍ਰਭ ਸਦਾ ਸੰਭਾਲ। ਕਿਹੜਾ ਪ੍ਰਭ ਜੀ? ਜਿਨ ਕੀ ਆ, ਜਿਹਨੇ ਤੈਨੂੰ ਪੈਦਾ ਕੀਤਾ, ਜਿਨ ਕੀਤਾ ਮਾਟੀ ਤੇ ਰਤਨ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦਿਓਟਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖੀਆਂ, ਮਾਤ ਗਰਭ ਮੈਂ ਜਿਨ ਤੂੰ ਰਾਖੀਆਂ, ਗਮੀਰਾ ਤੂਰਸ ਕੇਲ ਕੇ ਪੁਰੀਆ ਬਾਂਦੀ ਦੇ, ਜਿਸ ਦਾ ਦੀਆ ਪਹਿਨੇ ਖਾਏ, ਨਿਰਗੁਣੀਆਂ ਰਹੀਆਂ ਨਿਆ ਸੋ ਪ੍ਰਭ ਸਦਾ ਸੰਭਾਲ। ਇੱਥੇ ਹੁਣ ਵੇਖੋ ਮੈਂ ਕੀ ਕਰਾਂ, ਰੁਕ ਜਾਣ ਹੁਣ ਇੱਥੇ ਦਾਤੇ ਨੇ ਆਖਿਆ ਸਦਾ ਸੰਭਾਲ। ਗੁਸਤਾਖੀ ਮਾਂ, ਚੰਗੀ ਗੱਲ ਹੈ ਤੁਸੀਂ ਆਇਓ, ਜੀ ਆਇਆਂ ਨੂੰ ਮੇਰੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਨਵਾਂ ਸਾਲ ਸ਼ੁਰੂ ਕਰਿਓ, ਤੇ ਦਾਤ ਇਹ ਮੰਗਿਓ ਵੀ ਇਹ ਜਿਹੜੀ ਸੰਭਾਲ ਅਸੀਂ ਇੱਕ ਘੜੀ ਕਰਨੀ ਹੈ, ਹਰ ਵੇਲੇ ਸਾਡੇ ਅੰਤਰ ਕਰਨ ਤੇ ਘੜੀ ਦਾ ਰਸ ਬਣਿਆ ਰਹੇ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਜਦੋਂ ਇਹ ਰਸ ਪੈ ਜਾਏਗਾ ਨਾ, ਫਿਰ ਪਤਾ ਲੱਗੇਗਾ ਸੰਸਾਰ ਦੇ ਰਸ ਵੀ ਉਹਦੇ ਦਿੱਤੇ ਹੋਏ ਰਸ ਨੇ। ਇਹ ਨਹੀਂ ਕਿ ਸੰਸਾਰ ਦੇ ਰਸਾ ਕਚਾ ਨੂੰ ਬਿਲਕੁਲ ਛੱਡ ਦੇਣਾ, ਰੋਟੀ ਖਾਣੀ ਹੈ ਪਰ ਰੱਬ ਦੀ ਦਾਤ ਸਮਝ ਕੇ। ਰਵਈਆ ਕੇ ਗੁਣ ਚੇਤ ਬਰਾਨੀ, ਕਮਲ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਚਿੰਗਾਰੀਆਂ, ਕਰ ਵੀ ਅਗਨ ਮੈਂ ਬਾਰ ਵਿਵਸਥਾ ਤੁਝੇ, ਪਿਆਰੇ ਦੋਦ ਕਰ ਜੋਬਨ ਭੋਜਨ, ਸੁਖ ਸੁਧ ਵਿਧ ਭਯਾਯੋ ਪਰ ਸਾਧ ਸੈਨ, ਮੁਖੀ ਪਿਆਉ ਬੈਠ ਕਉ ਸੈਨ। ਇਹ ਤ੍ਰਿਗੁਣ ਤੁਸਾਂ ਇੰਨਾ ਕੁਝ ਕੀਤਾ, ਇੰਨੀ ਕਿਰਪਾ ਕੀਤੀ, ਇਹ ਸੋਝੀ ਕਿੱਥੋਂ ਮਿਲੇਗੀ? ਸੱਜਣ ਸੱਜਾ ਪਾਤਸ਼ਾਹ ਸ੍ਰੀ ਸ਼ਾਹ ਕਹਿੰਦੇ ਜਾਂ, ਜਿਸ ਪਾਸ ਬੈਠੀਆਂ ਸੋਈਏ ਸਭਨਾ ਦਾਵੇ ਸਾਂ। ਇਹਦੇ ਕੋਲ ਆ ਜਾਏਗਾ, ਤੈਨੂੰ ਡਰ ਕੋਈ ਨਹੀਂ ਰਹੇਗਾ, ਖਤਰਾ ਕੋਈ ਨਹੀਂ। ਪ੍ਰਭ ਕੀ ਸ਼ਰਨ ਸਗਲ ਪੈ ਲਾਤੈ, ਦੁੱਖ ਬਿਨਸੈ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ। ਉਹਦੇ ਦੀ ਹੱਦ ਤੁਸੀਂ ਬਣਾਓ। ਪ੍ਰਭ ਕੀ ਸ਼ਰਨ, ਜਿਹੜੇ ਜਿਹੜੇ ਵੀ ਸੱਚੀ ਗੱਲ ਹੈ ਗੁਰੂ ਦੀ ਸ਼ਰਨ ਵਿੱਚ ਆਣ ਕੇ ਮਹਿਸੂਸ ਕਰ ਲਿਆ, ਉਹਨਾਂ ਨੂੰ ਡਰ ਕੋਈ ਨਹੀਂ ਰਹਿ ਗਿਆ। ਦੁੱਖ ਬਿਨਸੈ ਸੁਖ ਪਾਇਆ, ਇਹ ਪ੍ਰਾਪਤੀ ਕਿਵੇਂ ਹੋਈ? ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਜਦੋਂ ਗੁਰੂ ਦਇਆ ਵਿੱਚ ਆ ਜਾਵੇ, ਸਤਿਗੁਰ ਸਿੱਖ ਹਿਰਦੈ ਪ੍ਰਥਮ ਕਿਰਪਾ ਕੇ ਬਸੈ। ਇਹ ਮੈਂ ਤਾਂ ਕਿਹਾ ਕਈ ਗੁਰੂ ਕੇ ਨਾਲ, ਕਹਿੰਦੀ ਸਾਡੇ ਤੇ ਗੁਰੂ ਨਹੀਂ ਕਿਰਪਾ ਕਰਦਾ। ਮੈਂ ਕਿਹਾ ਜੇ ਕਿਰਪਾ ਨਾ ਕਰਦਾ ਤੂੰ ਗੁਰਦੁਆਰੇ ਨਹੀਂ ਸੀ ਆਉਣਾ। ਇਹ ਪਹਿਲੀ ਕਿਰਪਾ ਗੁਰੂ ਦਾ ਚੇਤੇ ਆ ਜਾਣਾ, ਫਿਰ ਦੂਜੀ ਕਿਰਪਾ ਗੁਰੂ ਕੋਲ ਪਹੁੰਚ ਜਾਣਾ, ਤੀਜੀ ਕਿਰਪਾ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਦੇਣਾ, ਚੌਥੀ ਕਿਰਪਾ ਆਲੇ ਦੁਆਲੇ ਪ੍ਰਦਖਣਾ ਹੋ ਜਾਣੀ, ਪੰਜਵੀਂ ਕਿਰਪਾ ਹੈ ਝੋਲੀ ਕੱਢ ਕੇ ਦਾਤ ਮੰਗਣੀ, ਮਹਾਰਾਜ ਜੀ ਆਪਣੀ ਸਿੱਖੀ ਦੀ ਦਾਤ ਦੇ ਦਿਓ, ਨਾਮ ਦੀ ਦਾਤ ਦੇ ਦਿਓ, ਚੰਗੀ ਕਿਰਤ ਦੀ ਦਾਤ ਦੇ ਦਿਓ, ਚੰਗਾ ਧੀ ਦੇ ਦਿਓ, ਚੰਗਾ ਪੁੱਤ ਦੇ ਦਿਓ, ਚੰਗਾ ਕਾਰ ਵਿਹਾਰ ਦੇ ਦਿਓ। ਇਹ ਸਾਰੀਆਂ ਦਾਤਾਂ ਅਜੇ ਵੀ ਤੁਸੀਂ ਕਈ ਵਾਰੀ ਆਖਦੇ ਹੋ ਜੀ ਸਾਡੇ ਤੇ ਕਿਰਪਾ ਨਹੀਂ ਹੋਈ। ਭਾਈ ਜੀ, ਸਤਿਗੁਰ ਸਿੱਖ ਹਿਰਦੈ ਪ੍ਰਥਮ ਕਿਰਪਾ ਕੇ ਬਸੈ, ਤਾਂ ਪਾਛੇ ਕਰਤੀਆਂ ਗਈਆਂ ਮਾਇਆ ਕੈ ਮਨਾਵੇ, ਸਤਿਗੁਰੂ ਆ ਗਈਆਂ
ਸੱਤ ਸੱਤ ਤਰ ਮਾਨੇ ਜਿੱਤੀ ਹੋ ਗਏ ਵੀ ਕਰ ਚੱਲਾਂਗੇ, ਕਿਉਂਕਿ ਜਿਹੜਾ ਪ੍ਰਕਰਨ ਹੈ ਨਾ ਸ਼ਬਦ ਦਾ, ਉਹਦੇ 'ਚ ਗੁਰੂ ਦੇ ਚਰਨ, ਅਤੇ ਗੁਰੂ ਦੇ ਚਰਨ ਨੇ ਗੁਰੂ ਦਾ ਹੁਕਮ, ਗੁਰੂ ਦੇ ਚਰਨ ਨੇ ਗੁਰੂ ਦਾ ਗਿਆਨ, ਗੁਰੂ ਦਾ ਚਰਨ ਕਹਿ ਗੁਰੂ ਦੇ ਦਿੱਤੇ ਕੋਈ ਗਿਆਨ 'ਤੇ ਆਪਣੀ ਜ਼ਿੰਦਗੀ ਨੂੰ ਢਾਲਣਾ। ਦੇਖੋ ਇਹਦਾ ਅਰਥ ਇਹ ਨਾ ਲੈ ਲਿਓ ਵੀ ਜਿਹੜੇ ਗੁਰੂ ਕੇ ਚਰਨ ਨੇ ਫਿਰ ਮੱਥਾ ਟੇਕਣ ਦਾ ਕੀ ਅਰਥ। ਇਹ ਕੋਸ਼ਿਸ਼ ਕਰਾਂਗਾ ਮੈਂ ਕੱਲ ਖੋਲਣ ਦੀ, ਜਿਹੜੀ ਇੱਕ ਮੇਰੇ ਦਾਤਾ ਜੀ ਨੇ ਸੁਰਤੀ ਦਿੱਤੀ ਹੈ। ਬਾਕੀ ਤਾਂ ਪਏ ਗੁਰੂ ਦੀ ਗੱਤ ਗੁਰੂ ਜਾਣਦਾ ਹੈ। ਆਪ ਜੀ ਸਾਰਿਆਂ ਨੂੰ ਸੰਨ 2015 ਵੈਸੇ ਸਿੱਖੀ ਦਾ ਸਾਲ ਚੇਤੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਸਿੱਖੀ ਦੀ ਦਾਸਤਾਂ ਵਿਸਾਖੀ ਦੇ ਦਿਹਾੜੇ ਤੋਂ ਸ਼ੁਰੂ ਹੁੰਦੀ ਹੈ। ਬਹੁਤ ਚੰਗਾ ਉਦਮ ਹੈ ਇਹ, ਮੈਂ ਤਾਂ ਕਹਿ ਰਿਹਾ ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ, ਪਰ ਇੱਕ ਗੱਲ ਹੈ ਸੂਰਜ ਇੱਕੋ ਹੀ ਹੈ, ਨਮੋ ਸੂਰ ਸੂਰਜ ਹੈ, ਨਮੋ ਚੰਦਰ ਚੰਦਰ ਹੈ, ਨਮੋ ਤੇਜ ਤੇਜ ਹੈ, ਨਮੋ ਬ੍ਰਿੰਦ ਬ੍ਰਿੰਦ ਹੈ। ਅਸੀਂ ਉਸ ਮਾਲਕ ਦੇ ਪੁਜਾਰੀ ਕਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਿਆਰ ਖਾਲਸੇ ਕਾ, ਜਿਹਦੇ ਹੁਕਮ ਵਿੱਚ ਸੂਰਜ ਚੱਲਦਾ ਹੈ। ਜੇ ਉਹਦੇ ਨਾਲ ਜੁੜ ਜਾਵਾਂਗੇ ਤੇ ਸਾਡਾ ਇੱਕ ਸੂਰਜ ਕੀ, ਇੱਕ ਸਦੀ ਕੀ, ਇੱਕ ਸਾਲ ਕੀ, ਇੱਕ ਮਹੀਨਾ ਕੀ, ਫਿਰ ਤੇ ਸਾਰੀ ਜ਼ਿੰਦਗੀ ਸਫਲ ਹੋ ਜਾਏਗੀ। ਫਿਰ ਅਸੀਂ ਦਾਅਵੇ ਨਾਲ ਆਖਾਂਗੇ ਸਫਲ 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 ਭਈ ਯਾਤਰਾ, ਫਿਰ ਜ਼ਿੰਦਗੀ ਦੀ ਯਾਤਰਾ ਸਫਲ ਹੋ ਜਾਏਗੀ, ਲੋਕ ਸੁਖੀਆ ਬਣ ਜਾਏਗਾ, ਪਰਲੋਕ ਸੁਹੇਲਾ। ਇਹਨੇ ਕੀ ਅੱਖਰ ਅੱਜ ਪ੍ਰਵਾਨ ਕਰ ਲਿਓ ਆਪ ਸਾਰਿਆਂ ਨੂੰ। ਹੁਣ ਮੈਂ ਅੱਖਰ ਕਹਿਣ ਲੱਗਾ, ਸੁਣ ਤੋਂ ਸਭ ਹੀ ਲੈਣੇ, ਪਰ ਬਹੁਤਿਆਂ ਨੂੰ ਅਰਥ ਦਾ ਨਹੀਂ ਪਤਾ। ਮੁਬਾਰਕ ਇਹ ਅਰਬੀ ਦੀ ਲੁਗਾਤ ਦਾ ਲਫ਼ਜ਼ ਹੈ, ਮੁੰਬਾ ਇਹ ਅਰਕ। ਹੁਣ ਅਰਕ ਦੇ ਅਰਥ ਤੁਸੀਂ ਕਰੋ, ਗੁਲਾਬ ਨੂੰ ਕੱਢ ਕੇ ਗੁਲਾਬ ਦਾ ਅਰਕ ਬਣਦਾ ਹੈ। ਅਸਲ ਤੁਸੀਂ ਉਹ ਅਰਕ ਬਣ ਜਾ ਜਿੱਥੋਂ ਦੀ ਲੰਘ ਜੋ ਉੱਥੋਂ ਦੀ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਜਾਏ, ਤੁਸੀਂ ਉਹ ਧਰਮ ਦਾ ਸਬੂਤ ਬਣ ਕੇ ਵਿਚਰੋ, ਤੁਹਾਡੀ ਜ਼ਿੰਦਗੀ ਸਫਲ ਹੋ ਜਾਏ, ਲੋਕ ਸੁਖੀਆ ਬਣ ਜਾਏ, ਪਰਲੋਕ ਸੁਹੇਲਾ। ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਆਪਣੀ ਸਾਰਿਆਂ ਦਾ ਧੰਨਵਾਦ। ਗੁਰੂ ਸ਼ੰਸ਼ ਆਪ ਜੀ ਬਖਸ਼ਿਸ਼ ਕਰਕੇ ਦਿੱਤੇ ਹੋਏ ਜੀਵਨ ਨੂੰ ਸਫਲ ਕਰਨ ਦੀ ਯੋਗ ਯੁਗਤ ਬਖਸ਼ਿਸ਼ ਕਰਕੇ ਸਾਡੀ ਤੁਹਾਡੀ ਚੋਲੀ ਭਰ ਦੇਣ, ਲੋਕ ਸੁਖੀਆ ਪਰਲੋਕ ਸੁਹੇਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।